ਦੁਨੀਆਂ ਦੇ ਵਿੱਚ ਅਜਿਹੇ ਬਹੁਤ ਸਾਰੇ ਗੁਪਤ ਸੰਗਠਨ ਅਤੇ ਸੰਸਥਾਵਾਂ ਹਨ ਜੋ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਲੁਕੀਆਂ ਰਹਿੰਦੀਆਂ ਨੇ। ਜੇਕਰ ਦੁਨੀਆਂ ਦੇ ਸਭ ਤੋਂ ਗੁਪਤ ਸੰਗਠਨਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਉੱਪਰ ਨਾਮ ਆਉਂਦਾ ਹੈ ਇਲੂਮੀਨਾਤੀ ਦਾ। ਕਾਫੀ ਟਾਈਮ ਤੋਂ ਸਾਡੇ ਦਰਸ਼ਕ ਡਿਮਾਂਡ ਕਰ ਰਹੇ ਸੀ ਕਿ ਤੁਸੀਂ ਇਲੂਮੀਨਾਤੀ ਦੇ ਉੱਪਰ ਵੀਡੀਓ ਬਣਾਓ, ਸੋ ਇਸ ਵੀਡੀਓ ਦੇ ਵਿੱਚ ਇਲੂਮੀਨਾਤੀ ਬਾਰੇ ਸਾਰੀ ਜਾਣਕਾਰੀ ਹੈ। ਅੱਜ ਤੋਂ 245 ਸਾਲ ਪਹਿਲਾਂ ਬਣੀ ਇਹ ਸੰਸਥਾ ਆਪਣੀਆਂ ਕਰਤੂਤਾਂ ਦੇ ਕਾਰਨ ਹਮੇਸ਼ਾ ਹੀ ਦੁਨੀਆਂ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੀ ਹੈ। ਇਹ ਸੁਸਾਇਟੀ ਇੰਨੀ ਜ਼ਿਆਦਾ ਬਦਨਾਮ ਹੈ ਕਿ ਅਮਰੀਕੀ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ ਹੱਤਿਆ ਤੋਂ ਲੈ ਕੇ 9/11 ਵਾਲੇ ਹਮਲੇ ਦੇ ਪਿੱਛੇ ਵੀ ਇਹਨਾਂ ਦਾ ਹੱਥ ਮੰਨਿਆ ਜਾਂਦਾ ਹੈ। ਅਜਿਹੇ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਇਹ ਸੰਸਥਾ ਨੂੰ ਲੈ ਕੇ ਹਮੇਸ਼ਾ ਇੱਕ ਭੇਦ ਬਣਿਆ ਰਹਿੰਦਾ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਲੂਮੀਨਾਤੀ ਦੇ ਸਾਰੇ ਭੇਦਾਂ ਤੋਂ ਪਰਦਾ ਚੱਕਣ ਦੀ ਕੋਸ਼ਿਸ਼ ਕਰਾਂਗੇ। ਸੋ ਜੁੜੇ ਰਹੋ ਮੇਰੇ ਨਾਲ, ਮੈਂ ਹਾਂ ਤੁਹਾਡਾ ਹੋਸਟ ਜਸਪੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਤੀ। ਇਲੂਮੀਨਾਤੀ ਸ਼ਬਦ ਜਿੰਨਾ ਸੁਣਨ ਦੇ ਵਿੱਚ ਰਹੱਸਮਈ ਲੱਗਦਾ ਹੈ, ਇਹ ਸ਼ਬਦ ਉਨਾ ਹੀ ਜ਼ਿਆਦਾ ਪੁਰਾਣਾ ਹੈ। ਇਲੂਮੀਨਾਤੀ ਨਾਮ ਦੇ ਇਸ ਗੁਪਤ ਸੰਗਠਨ ਦੀ ਸ਼ੁਰੂਆਤ ਅੱਜ ਤੋਂ 245 ਸਾਲ ਪਹਿਲਾਂ, ਜਾਨੀ ਕਿ ਸਨ 1776 ਦੇ ਵਿੱਚ ਜਰਮਨੀ ਦੇ ਇੱਕ ਛੋਟੇ ਸ਼ਹਿਰ ਇੰਗੋਲਿਸਤਾਨ ਦੇ ਵਿੱਚ ਕੀਤੀ ਗਈ ਸੀ। ਇਸ ਸੰਗਠਨ ਦੀ ਨੀਂਹ ਰੱਖਣ ਵਾਲੇ ਇਨਸਾਨ ਦਾ ਨਾਮ ਸੀ ਪ੍ਰੋਫੈਸਰ ਐਡਮ। ਅਸਲ ਦੇ ਵਿੱਚ ਇੰਗੋਲਿਸਤਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਐਡਮ ਦਾ ਜਨਮ ਜਰਮਨੀ ਦੇ ਵਿੱਚ ਹੋਇਆ ਸੀ। ਉਹ ਆਪਣੇ ਬਚਪਨ ਦੇ ਵਿੱਚ ਹੀ ਅਨਾਥ ਹੋ ਗਏ ਸਨ, ਇਸ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਉਹਨਾਂ ਨੇ ਪਹਿਲਾਂ ਤੋਂ ਹੀ ਸੋਚ ਲਿਆ ਸੀ ਕਿ ਉਹ ਇੱਕ ਅਜਿਹਾ ਸਮਾਜ ਬਣਾਉਣਗੇ ਜਿਸ ਵਿੱਚ ਲੋਕ ਧਾਰਮਿਕ ਕੱਟੜਤਾ ਤੋਂ ਆਜ਼ਾਦ ਹੋ ਕੇ ਆਪਣੇ ਹਿਸਾਬ ਦੇ ਨਾਲ ਆਪਣਾ ਜੀਵਨ ਬਤੀਤ ਕਰਨਗੇ, ਕਿਉਂਕਿ ਪ੍ਰੋਫੈਸਰ ਦਾ ਮੰਨਣਾ ਸੀ ਕਿ ਚਰਚ ਅਤੇ ਕੈਥੋਲਿਕ ਵਿਚਾਰਾਂ ਦੇ ਕਾਰਨ ਲੋਕ ਖੁੱਲ੍ਹ ਕੇ ਆਪਣਾ ਜੀਵਨ ਜੀਣ ਤੋਂ ਡਰਦੇ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਕੇ ਪ੍ਰੋਫੈਸਰ ਨੇ ਇੱਕ ਅਜਿਹੇ ਸੰਗਠਨ ਦੀ ਸ਼ੁਰੂਆਤ ਕੀਤੀ। ਜਦੋਂ ਇਹ ਸੰਗਠਨ ਬਣਿਆ ਸੀ, ਇਸ ਦੇ ਵਿੱਚ ਸਿਰਫ 5 ਮੈਂਬਰ ਸਨ ਤੇ ਇਸ ਦਾ ਨਾਮ ਸੀ ਆਰਡਰ ਆਫ ਇਲੂਮੀਨਾਤੀ। ਪਰ ਲੋਕਾਂ ਦੇ ਵਿੱਚ ਇਹ ਸੰਗਠਨ ਬਣਨ ਦੀ ਖਬਰ ਬਹੁਤ ਤੇਜ਼ੀ ਦੇ ਨਾਲ ਫੈਲਣ ਲੱਗੀ। ਦੇਖਦੇ ਹੀ ਦੇਖਦੇ ਕੁਝ ਸਾਲਾਂ ਦੇ ਅੰਦਰ ਹੀ ਇਸ ਸੰਗਠਨ ਦੇ ਮੈਂਬਰਾਂ ਦੀ ਗਿਣਤੀ 3000 ਤੋਂ ਪਾਰ ਹੋ ਗਈ। ਸ਼ੁਰੂਆਤ ਦੇ ਵਿੱਚ ਜਦੋਂ ਇਲੂਮੀਨਾਤੀ ਬਾਰੇ ਸਰਕਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਸ ਸੰਗਠਨ ਦੇ ਕਾਰਨ ਆਮ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਸ ਲਈ ਸਰਕਾਰ ਨੇ ਉਸ ਸਮੇਂ ਇਸ ਸੰਗਠਨ ਦੇ ਉੱਪਰ ਕੋਈ ਖਾਸ ਧਿਆਨ ਨਹੀਂ ਦਿੱਤਾ। ਪਰ ਕੁਝ ਹੀ ਸਮੇਂ ਬਾਅਦ ਇਲੂਮੀਨਾਤੀ ਬਾਰੇ ਡਰਾਵਣੀਆਂ ਅਤੇ ਅਜੀਬੋ-ਗਰੀਬ ਗੱਲਾਂ ਸਾਹਮਣੇ ਆਉਣ ਲੱਗੀਆਂ, ਜਿਨ੍ਹਾਂ ਗੱਲਾਂ ਬਾਰੇ ਸੁਣਨ ਤੋਂ ਬਾਅਦ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਸਮੇਂ ਲੋਕਾਂ ਨੂੰ ਪਤਾ ਲੱਗਿਆ ਕਿ ਇਲੂਮੀਨਾਤੀ ਦੇ ਮੈਂਬਰ ਪਰਮਾਤਮਾ ਦੀ ਜਗ੍ਹਾ ਤੇ ਸ਼ੈਤਾਨ ਦੀ ਪੂਜਾ ਕਰਦੇ ਹਨ। ਨਾਲ ਹੀ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਇਹ ਸੰਗਠਨ ਪਰਮਾਤਮਾ ਨੂੰ ਮੰਨਣ ਵਾਲੇ ਲੋਕਾਂ ਦਾ ਮੌਕਾ ਮਿਲਣ ਤੇ ਮਜ਼ਾਕ ਵੀ ਉਡਾਉਂਦਾ ਹੈ ਤੇ ਉਹਨਾਂ ਨੂੰ ਸਜ਼ਾ ਵੀ ਦਿੰਦਾ ਹੈ। ਇਲੂਮੀਨਾਤੀ ਦੇ ਕਾਨੂੰਨ ਦੇ ਵਿੱਚ ਛੋਟੀ ਤੋਂ ਛੋਟੀ ਗਲਤੀ ਦੀ ਸਜ਼ਾ ਵੀ ਮੌਤ ਹੁੰਦੀ ਸੀ। ਇਸ ਤੋਂ ਬਿਨਾਂ ਇਹ ਸੰਗਠਨ ਲੋਕਾਂ ਨੂੰ ਆਤਮ ਹੱਤਿਆ ਕਰਨ ਦੇ ਲਈ ਵੀ ਉਤਸ਼ਾਹਿਤ ਕਰਦਾ ਸੀ, ਕਿਉਂਕਿ ਇਹਨਾਂ ਦਾ ਮੰਨਣਾ ਸੀ ਹਰ ਇੱਕ ਇਨਸਾਨ ਨੂੰ ਆਪਣੀ ਜਾਨ ਲੈਣ ਦਾ ਹੱਕ ਹੈ। ਇਲੂਮੀਨਾਤੀ ਦੇ ਬਾਰੇ ਜਦੋਂ ਅਜਿਹੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਤਾਂ ਸਰਕਾਰ ਨੇ ਇਸ ਦੇ ਉੱਪਰ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ। 1784 ਦੇ ਵਿੱਚ ਚਾਰਲਸ ਡਿਓਡੋਰੇ ਦਾ ਸ਼ਾਸਨ ਆਇਆ ਤਾਂ ਉਸਨੇ ਇਲੂਮੀਨਾਤੀ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾ ਕੇ ਇਸ ਨੂੰ ਖਤਮ ਕਰ ਦਿੱਤਾ। ਰਾਜਾ ਇਹ ਗੱਲ ਨਹੀਂ ਜਾਣਦਾ ਸੀ ਕਿ ਇਲੂਮੀਨਾਤੀ ਇੱਕ ਗੁਪਤ ਸੰਗਠਨ ਸੀ, ਇਸ ਲਈ ਉਸ ਨੂੰ ਜੜ ਤੋਂ ਖਤਮ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ। ਉਦੋਂ ਤੋਂ ਹੀ ਇਹ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਤੋਂ ਲੈ ਕੇ ਹੀ ਅੱਜ ਤੱਕ ਇਹ ਸੰਗਠਨ ਕਦੇ ਵੀ ਖਤਮ ਨਹੀਂ ਹੋਇਆ ਤੇ ਗੁਪਤ ਤਰੀਕੇ ਦੇ ਨਾਲ ਆਪਣਾ ਕੰਮ ਕਰਦਾ ਆ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਲੂਮੀਨਾਤੀ ਅੱਜ ਵੀ ਐਕਟਿਵ ਹਨ ਤੇ ਇਹ ਸੰਗਠਨ ਹੁਣ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਅਤੇ ਬਹੁਤ ਜ਼ਿਆਦਾ ਵੱਡਾ ਹੋ ਚੁੱਕਿਆ ਹੈ। ਸਮੇਂ-ਸਮੇਂ ਤੇ ਦੁਨੀਆਂ ਦੇ ਮਸ਼ਹੂਰ ਲੋਕਾਂ ਦੇ ਇਲੂਮੀਨਾਤੀ ਦੇ ਨਾਲ ਜੁੜੇ ਹੋਣ ਦੇ ਦਾਅਵੇ ਕੀਤੇ ਗਏ। ਕਿਹਾ ਜਾਂਦਾ ਹੈ ਕਿ ਦੁਨੀਆਂ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਨਾਂ ਦੇ ਮੈਂਬਰਾਂ ਦੀਆਂ ਗੁਪਤ ਮੀਟਿੰਗਾਂ ਹੁੰਦੀਆਂ ਹਨ। ਇਸ ਬਾਰੇ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਅੱਜ ਦੁਨੀਆਂ ਦੇ ਵਿੱਚ ਜਿੰਨੇ ਜ਼ਿਆਦਾ ਅਮੀਰ ਲੋਕ ਨੇ ਤੇ ਜਿੰਨੇ ਜ਼ਿਆਦਾ ਸ਼ਕਤੀਸ਼ਾਲੀ ਲੋਕ ਹਨ, ਉਹਨਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਇਸ ਸੰਗਠਨ ਦੇ ਨਾਲ ਜੁੜੇ ਹੋਏ ਹਨ। ਇਹ ਗੱਲਾਂ ਅੱਜ ਨਹੀਂ ਬਲਕਿ 1776 ਤੋਂ ਜਦੋਂ ਤੇ ਸੰਗਠਨ ਬਣਿਆ ਹੈ ਉਸ ਟਾਈਮ ਤੋਂ ਹੁੰਦੀਆਂ ਆ ਰਹੀਆਂ ਹਨ। ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਸ ਦੇ ਹੋਣ ਦਾ ਕਾਰਨ ਦੁਨੀਆਂ ਨੂੰ ਪਤਾ ਨਹੀਂ ਹੁੰਦਾ ਤਾਂ ਉਸ ਦੇ ਪਿੱਛੇ ਵੀ ਇਲੂਮੀਨਾਤੀ ਦੇ ਹੱਥ ਨੂੰ ਹੀ ਮੰਨਿਆ ਜਾਂਦਾ ਹੈ। ਅੱਜ ਵੀ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਇਤਿਹਾਸ ਦੇ ਵਿੱਚ ਹੋਈਆਂ ਵੱਡੀਆਂ ਗਤੀਵਿਧੀਆਂ ਦੇ ਪਿੱਛੇ ਵੀ ਇਲੂਮੀਨਾਤੀ ਦਾ ਹੱਥ ਮੰਨਦੇ ਹਨ ਤੇ ਉਹਨਾਂ ਦਾ ਇਹ ਵੀ ਦਾਅਵਾ ਹੈ ਕਿ 18ਵੀਂ ਸਦੀ ਦੇ ਵਿੱਚ ਫਰਾਂਸ ਦੇ ਵਿੱਚ ਆਈ ਕ੍ਰਾਂਤੀ ਦੇ ਪਿੱਛੇ ਵੀ ਇਲੂਮੀਨਾਤੀ ਦਾ ਹੱਥ ਸੀ ਤੇ ਅਕਸਰ ਹੀ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਇਲੂਮੀਨਾਤੀ ਅਜਿਹਾ ਆਖਰ ਕਿਉਂ ਕਰਦਾ ਹੈ, ਅਜਿਹਾ ਸਭ ਕਰਨ ਦੇ ਪਿੱਛੇ ਉਹਨਾਂ ਦਾ ਉਦੇਸ਼ ਕੀ ਹੈ। ਕਿਹਾ ਜਾਂਦਾ ਹੈ ਕਿ ਇਲੂਮੀਨਾਤੀਆਂ ਦਾ ਮੰਨਣਾ ਹੈ ਕਿ ਉਹ ਪੂਰੀ ਦੁਨੀਆਂ ਦੇ ਉੱਪਰ ਰਾਜ ਕਰਨਾ ਚਾਹੁੰਦੇ ਹਨ, ਇਸ ਲਈ ਉਹ ਹਮੇਸ਼ਾ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਦੇ ਨਾਲ ਦੁਨੀਆਂ ਦੇ ਵਿੱਚ ਜੰਗ ਛਿੜ ਜਾਵੇ ਤੇ ਸਾਰੇ ਦੇਸ਼ ਇੱਕ ਦੂਜੇ ਨੂੰ ਖਤਮ ਕਰ ਦੇਣ ਤੇ ਉਹਨਾਂ ਦਾ ਜਿਹੜਾ ਦੁਨੀਆਂ ਦੇ ਉੱਪਰ ਰਾਜ ਕਰਨ ਦਾ ਰਸਤਾ ਹੈ ਉਹ ਆਸਾਨ ਹੋ ਜਾਵੇ। ਇਲੂਮੀਨਾਤੀ ਪਰਮਾਤਮਾ ਤੇ ਪਰਮਾਤਮਾ ਨੂੰ ਮੰਨਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਕਿ ਦੁਨੀਆਂ ਦੇ ਵਿੱਚ ਸਿਰਫ ਤੇ ਸਿਰਫ ਸ਼ੈਤਾਨ ਦੀ ਪੂਜਾ ਕਰਨ ਵਾਲੇ ਹੀ ਲੋਕ ਰਹਿ ਜਾਣ ਤੇ ਆਪਣੇ ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਇਲੂਮੀਨਾਤੀ ਕਈ ਵਾਰ ਯੁੱਧ ਵੀ ਕਰਵਾ ਚੁੱਕਿਆ ਹੈ। ਇੱਥੋਂ ਤੱਕ ਇਹ ਵੀ ਮੰਨਿਆ ਜਾਂਦਾ ਹੈ ਕਿ ਦੁਨੀਆਂ ਦੇ ਵਿੱਚ ਪਹਿਲਾ ਵਿਸ਼ਵ ਯੁੱਧ ਤੇ ਦੂਜਾ ਵਿਸ਼ਵ ਯੁੱਧ ਵੀ ਇਲੂਮੀਨਾਤੀ ਨੇ ਹੀ ਕਰਵਾਇਆ ਸੀ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਹਨਾਂ ਦੋਨੇ ਵਰਲਡ ਵਾਰ ਦੇ ਵਿੱਚ ਕਰੋੜਾਂ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਿਨਾਂ ਅਮਰੀਕਾ ਦੇ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੀ ਹੱਤਿਆ ਪਿੱਛੇ ਵੀ ਇਹਨਾਂ ਦਾ ਹੱਥ ਮੰਨਿਆ ਜਾਂਦਾ ਹੈ। ਅਸਲ
ਉਹ ਇਹ ਸੀ ਕਿ ਜਦੋਂ ਰਾਸ਼ਟਰਪਤੀ ਨੂੰ ਗੋਲੀ ਮਾਰੀ ਗਈ ਉਸ ਸਮੇਂ ਇੱਕ ਅਣਜਾਣ ਔਰਤ ਸੜਕ ਦੇ ਕਿਨਾਰੇ ਦੇ ਉੱਪਰ ਦੇਖੀ ਗਈ ਸੀ ਤੇ ਇਸ ਔਰਤ ਦੇ ਹੱਥ ਦੇ ਵਿੱਚ ਇੱਕ ਕੈਮਰੇ ਵਰਗੀ ਚੀਜ਼ ਸੀ ਜਿਵੇਂ ਹੀ ਰਾਸ਼ਟਰਪਤੀ ਨੂੰ ਗੋਲੀ ਲੱਗਦੀ ਹੈ ਇਹ ਔਰਤ ਉੱਥੋਂ ਗਾਇਬ ਹੋ ਜਾਂਦੀ ਹੈ ਤੇ ਅੱਜ ਤੱਕ ਵੀ ਇਹ ਕੋਈ ਨਹੀਂ ਜਾਣਦਾ ਕਿ ਇਹ ਅਣਜਾਣ ਔਰਤ ਕੌਣ ਸੀ ਤੇ ਕਿੱਧਰ ਗਾਇਬ ਹੋ ਗਈ ਇਸ ਔਰਤ ਨੂੰ ਦਾ ਬੁਬੁਸ਼ਕਾ ਲੇਡੀ ਦਾ ਨਾਮ ਦਿੱਤਾ ਗਿਆ ਹੈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਦੀ ਹੱਤਿਆ ਇਸ ਔਰਤ ਨੇ ਹੀ ਕੀਤੀ ਸੀ ਤੇ ਇਲੂਮੀਨਾਤੀ ਸੰਗਠਨ ਦੀ ਮੈਂਬਰ ਸੀ ਤੇ ਇਸ ਔਰਤ ਦੇ ਹੱਥ ਦੇ ਵਿੱਚ ਜਿਹੜੀ ਕੈਮਰੇ ਵਰਗੀ ਚੀਜ਼ ਸੀ ਅਸਲ ਦੇ ਵਿੱਚ ਉਹ ਪਿਸਟਲ ਸੀ ਮੰਨਿਆ ਜਾਂਦਾ ਹੈ ਕਿ ਇਲੂਮੀਨਾਤੀ ਸੰਗਠਨ ਇਹ ਚਾਹੁੰਦਾ ਸੀ ਕਿ ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਲਚਲ ਮਚ ਜਾਵੇਗੀ ਤੇ ਫਿਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਯੁੱਧ ਛਿੜ ਜਾਵੇਗਾ ਪਰ ਇਸ ਘਟਨਾ ਦੇ ਬਾਅਦ ਦੁਨੀਆ ਦੇ ਵਿੱਚ ਕੋਈ ਵੱਡਾ ਯੁੱਧ ਨਹੀਂ ਹੋਇਆ ਤੇ ਇਲੂਮੀਨਾਤੀ ਦੇ ਉਦੇਸ਼ ਦੇ ਉੱਪਰ ਪਾਣੀ ਫਿਰ ਗਿਆ ਪਰ ਨਾ ਤਾਂ ਇਹ ਇਲੂਮੀਨਾਤੀ ਦੀ ਪਹਿਲੀ ਸਾਜ਼ਿਸ਼ ਸੀ ਤੇ ਨਾ ਹੀ ਆਖਰੀ ਸੀ ਕਿਉਂਕਿ ਇਸ ਤੋਂ ਬਾਅਦ ਵੀ ਬਹੁਤ ਸਾਰੇ ਵੱਡੇ ਹਾਦਸੇ ਅਤੇ ਘਟਨਾਵਾਂ ਦੇ ਪਿੱਛੇ ਇਲੂਮੀਨਾਤੀ ਨੂੰ ਦੋਸ਼ੀ ਮੰਨਿਆ ਗਿਆ ਇਹਨਾਂ ਸਾਰੇ ਹਾਦਸੇ ਅਤੇ ਘਟਨਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਹਾਦਸਾ ਸੀ ਅਮਰੀਕਾ ਦੇ ਵਿੱਚ ਹੋਇਆ 9/11 ਦਾ ਅਟੈਕ 11 ਸਤੰਬਰ 2001 ਵਾਲੇ ਦਿਨ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ 19 ਹਾਈਜੈਕਰਾਂ ਨੇ 4 ਕਮਰਸ਼ੀਅਲ ਜਹਾਜ਼ਾਂ ਨੂੰ ਅਗਵਾ ਕਰਕੇ ਇਹਨਾਂ ਬਿਲਡਿੰਗਾਂ ਦੇ ਵਿੱਚ ਕ੍ਰੈਸ਼ ਕਰ ਦਿੱਤਾ ਜਿਸ ਦੇ ਕਾਰਨ ਇਹ ਦੋਨੇ ਇਮਾਰਤਾਂ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਗਈਆਂ ਸਨ ਇਸ ਹਾਦਸੇ ਦੇ ਵਿੱਚ 3000 ਲੋਕਾਂ ਦੀ ਜਾਨ ਚਲੀ ਗਈ ਤੇ 6000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਇਹ ਘਟਨਾ ਅੱਜ ਵੀ ਇਤਿਹਾਸ ਦੀ ਸਭ ਤੋਂ ਜ਼ਿਆਦਾ ਦਰਦਨਾਕ ਅਤੇ ਦੁਖਦਾਈ ਘਟਨਾ ਮੰਨੀ ਜਾਂਦੀ ਹੈ ਤੇ ਇਸ ਘਟਨਾ ਦੇ ਪਿੱਛੇ ਵੀ ਇਲੂਮੀਨਾਤੀ ਦਾ ਹੱਥ ਮੰਨਿਆ ਜਾਂਦਾ ਸੀ ਦੁਨੀਆ ਦੇ ਵਿੱਚ ਉਹ ਲੋਕਾਂ ਦੀ ਕਮੀ ਨਹੀਂ ਹੈ ਜਿਹੜੇ ਅੱਜ ਵੀ ਇਹ ਚੀਜ਼ ਮੰਨਦੇ ਹਨ ਕਿ ਅੱਜ ਵੀ ਦੁਨੀਆ ਦੇ ਵਿੱਚ ਇਲੂਮੀਨਾਤੀ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਹੋ ਕੇ ਕੰਮ ਕਰ ਰਿਹਾ ਹੈ ਕਿਹਾ ਜਾਂਦਾ ਕਿ ਇਸ ਸਮੇਂ ਇਲੂਮੀਨਾਤੀ ਸੰਗਠਨ ਦੇ ਵਿੱਚ ਦੁਨੀਆ ਭਰ ਦੇ ਮਾਫੀਆ ਧਰਮ ਗੁਰੂ ਬਿਜ਼ਨਸਮੈਨ ਅਤੇ ਗੁਪਤ ਸੰਸਥਾਵਾਂ ਤੇ ਵੱਡੇ ਵੱਡੇ ਨੇਤਾ ਸ਼ਾਮਲ ਹਨ ਇਲੂਮੀਨਾਤੀ ਸੰਗਠਨ ਦੀ ਨੀਂਹ ਰੱਖਣ ਵਾਲੇ ਪ੍ਰੋਫੈਸਰ ਐਡਮ ਦੀ ਕਿਤਾਬ ਇੰਗੋਲਿਸਤਾਨ ਦੇ ਇੱਕ ਅਜਾਇਬ ਘਰ ਦੇ ਵਿੱਚ ਪਈ ਹੋਈ ਹੈ ਕਿਹਾ ਜਾਂਦਾ ਹੈ ਕਿ ਪ੍ਰੋਫੈਸਰ ਨੇ ਇਸ ਕਿਤਾਬ ਦੇ ਵਿੱਚ ਇਲੂਮੀਨਾਤੀ ਤੇ ਉਹਨਾਂ ਦੇ ਉਦੇਸ਼ਾਂ ਦੇ ਨਾਲ ਜੁੜੀਆਂ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਤੇ ਇਹ ਕਿਤਾਬ ਕਾਫੀ ਜ਼ਿਆਦਾ ਹਾਈ ਸਿਕਿਉਰਿਟੀ ਦੇ ਵਿੱਚ ਰੱਖੀ ਹੋਈ ਹੈ ਤੇ ਇਸ ਨੂੰ ਕੋਈ ਵੀ ਇਨਸਾਨ ਨਹੀਂ ਪੜ ਸਕਦਾ ਹੁਣ ਵੀ ਇਲੂਮੀਨਾਤੀ ਦੀ ਹੋਂਦ ਨੂੰ ਲੈ ਕੇ ਦੁਨੀਆ ਭਰ ਦੇ ਲੋਕਾਂ ਦੇ ਵਿੱਚ ਚਰਚਾ ਛਿੜੀ ਰਹਿੰਦੀ ਹੈ ਇਸ ਦੇ ਦੁਨੀਆ ਦੇ ਵਿੱਚ ਅੱਜ ਵੀ ਸੱਚਮੁੱਚ ਹੋਣ ਦਾ ਸਬੂਤ ਕਿਸੇ ਇਨਸਾਨ ਕੋਲ ਨਹੀਂ ਹੈ ਇਸ ਲਈ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ